ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਉਸ ਸੰਵਿਧਾਨ ਨੂੰ ਨਾ ਹੀ 70 ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਪੜਿਆ, ਨਾ ਹੀ ਉਸ ਸੰਵਿਧਾਨ ਦੇ ਅਕੋਰਡਿੰਗ ਕੋਈ ਵੀ ਇਹਨਾਂ ਦੀ ਦੇਖੋ ਜਿਹੜੇ ਲੀਡਰਸ਼ਿਪ ਕਰਦੇ ਪਏ ਨੇ ਉਹਦੇ ਸਰਕਾਰਾਂ ਦੇ ਪਿੱਠੂ ਬਣੇ ਹੋਏ ਨੇ। ਇਹ ਸਾਰੀ ਆਰਐਸਐਸ ਦੀ ਸ਼ਰਾਰਤ ਆ। ਹਰ ਵਾਰੀ ਜਿਹੜਾ ਫੀਸਾਂ ਦੀ ਮੰਗ ਕੀਤੀ ਜਾ ਰਹੀ ਆ, ਸਰਕਾਰ ਤੇ ਪ੍ਰਸ਼ਾਸਨ ਦੇ ਕੰਨ ਤੇ ਕੋਈ ਜੂ ਨਹੀਂ ਆ ਕਿ ਹੁਣ ਜਿਹੜੀਆਂ ਸਮੱਸਿਆ ਹੈਗੀਆਂ ਉਹਦਾ ਹੱਲ ਲੈ ਕੇ ਹੀ ਉੱਠਾਂਗੇ, ਕਿਉਂਕਿ ਹੁਣ ਅਸੀਂ ਬਹੁਤ ਅੱਕ ਕੇ ਥੱਕ ਕੇ ਬੈਠੇ ਹਾਂ। ਐਸਸੀ ਸਟੂਡੈਂਟਸ ਦੇ ਨਾਲ ਕਿਤੇ ਨਾ ਕਿਤੇ ਵਿਤਕਰਾ ਸ਼ੁਰੂ ਤੋਂ ਹੀ ਕੀਤਾ ਜਾ ਰਿਹਾ। ਪੰਜਾਬ ਸਰਕਾਰ ਇਹਦੀਆਂ ਜਿਹੜੀਆਂ ਵਜ਼ੀਫੇ ਆ, ਗਰੰਟਾਂ ਇਹ ਕਾਲਜਾਂ ਨੂੰ ਭੇਜ ਰਹੀ, ਉਹ ਵਿਦਿਆਰਥੀਆਂ ਨਾਲ ਗਲਤ ਪਹਿਰਾਵੇ ਦੇ ਨਾਲ ਕਹਿੰਦੇ ਆ ਕਿ ਤੁਸੀਂ, ਤੁਹਾਡੇ ਕੋਲ ਫੋਨ ਹੈਗੇ ਆ, ਤੁਸੀਂ ਪਹਿਰਾਵਾ ਚੰਗਾ ਪਾ ਸਕਦੇ ਹੋ ਪਰ ਤੁਸੀਂ ਫੀਸ ਨਹੀਂ ਦੇ ਸਕਦੇ ਹੋ। ਕੱਲ੍ਹ ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਕੀਰਤੀ ਅਤੇ ਅਸੀਂ BMC ਚੌਂਕ ਜਲੰਧਰ ਖੜ੍ਹੇ ਹਾਂ, ਜਿਹੜਾ ਇੱਕ ਵਾਰ ਫਿਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਪੱਖਦਾ ਨਜ਼ਰ ਆ ਰਿਹਾ। ਤੁਸੀਂ ਦੇਖ ਸਕਦੇ ਹਾਂ ਕਿ ਪੂਰਾ BMC ਚੌਂਕ ਜਿਹੜਾ ਉਹ ਬੰਦ ਕਰ ਦਿੱਤਾ ਗਿਆ, ਸਟੂਡੈਂਟਸ ਵੱਲੋਂ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ, ਕਿਉਂਕਿ ਕੀ ਕਾਰਨ ਨੇ ਕਿ ਹਰ ਵਾਰ ਦੀ ਤਰ੍ਹਾਂ ਉਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਪੱਖਦਾ ਆ ਅਤੇ ਫਿਰ ਇਸੇ ਤਰ੍ਹਾਂ ਸਟੂਡੈਂਟਸ ਨੂੰ ਹਮੇਸ਼ਾ ਸੜਕਾਂ 'ਤੇ ਆਉਣਾ ਪੈਂਦਾ। ਕਿ ਪ੍ਰਸ਼ਾਸਨ ਇਹਨਾਂ ਦੀ ਸਾਰ ਨਹੀਂ ਲੈ ਰਿਹਾ ਜਾਂ ਕਿਹੜੇ ਇਹੋ ਜਿਹੇ ਹਾਲਾਤ ਨੇ ਜਦੋਂ ਪੇਪਰ ਆਉਣੇ ਹੁੰਦੇ ਨੇ, ਜਦੋਂ ਬੱਚਿਆਂ ਦੇ ਇਗਜ਼ਾਮ ਹੁੰਦੇ, ਉਦੋਂ ਹੀ ਇਹ ਮੁੱਦਾ ਕਿਉਂ ਪੱਖਦਾ, ਕਿਉਂ ਉਦੋਂ ਹੀ ਬੱਚਿਆਂ ਨੂੰ ਸੜਕਾਂ 'ਤੇ ਉਤਰਨਾ ਪੈਂਦਾ ਜਿਹੜੀ ਇੱਕ ਭਵਿੱਖ ਕਿਹਾ ਜਾਂਦਾ ਬੱਚਿਆਂ ਨੂੰ, ਉਹ ਭਵਿੱਖ ਅੱਜ ਫਿਰ ਸੜਕਾਂ 'ਤੇ ਦੁਬਾਰਾ ਆ ਗਿਆ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਜਿਹੜਾ ਉਹ ਦੁਬਾਰਾ ਪੱਖਦਾ ਨਜ਼ਰ ਆ ਰਿਹਾ। ਸੋ ਸਟੂਡੈਂਟਸ ਜਿਹੜੇ ਆ ਉਹ ਸੜਕਾਂ 'ਤੇ ਉੱਤਰ ਆਏ ਨੇ, ਦੇਖਣ ਵਾਲਾ ਇਹ ਹੋਊਗਾ ਕਿ ਕਿੱਧਰ ਨੂੰ ਰੁੱਖ ਭਰਦੇ ਨੇ, ਕਿਉਂਕਿ ਹਰ ਵਾਰ ਜਦੋਂ ਇਹ ਮੁੱਦਾ ਉੱਠਦਾ ਸਿਰਫ ਅਤੇ ਸਿਰਫ ਇਲੈਕਸ਼ਨ, ਜਦੋਂ ਇਗਜ਼ਾਮ ਹੁੰਦੇ ਆ ਬੱਚਿਆਂ ਦੇ, ਰੋਲ ਨੰਬਰ ਨਹੀਂ ਮਿਲਦੇ ਬੱਚਿਆਂ ਨੂੰ, DNC ਨਹੀਂ ਮਿਲਦੀਆਂ ਬੱਚਿਆਂ ਨੂੰ, ਜਾਂ ਕਿਹੜੇ ਇਹੋ ਜਿਹੇ ਕਾਰਨ ਆ ਕਿ ਬੱਚਿਆਂ ਨੂੰ ਪੇਪਰਾਂ ਦੇ ਮੌਕੇ 'ਤੇ ਹੀ ਸੜਕਾਂ 'ਤੇ ਜਿਹੜਾ ਉਚੇਚੇ ਤੌਰ 'ਤੇ ਆਉਣਾ ਪੈਂਦਾ। ਸੋ ਅੱਜ ਵੀ ਦੇਖ ਸਕਦੇ ਬੱਚਿਆਂ ਵੱਲੋਂ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ। ਸੋ ਅਸੀਂ ਇਹ ਗੱਲ ਕਰਦੇ, ਅਜੇ ਹੋਰੀ ਸਾਡੇ ਨਾਲ ਨੇ, ਇਹ ਕੀ ਕਾਰਨ ਕੀ ਹੈ ਕਿ ਹਰ ਵਾਰੀ ਬੱਚਿਆਂ ਨੂੰ ਇਗਜ਼ਾਮ ਟਾਈਮ ਹੀ ਸੜਕਾਂ 'ਤੇ ਆਉਣਾ ਪੈਂਦਾ? ਇਹ ਦੇਖੋ ਜੀ, ਬੱਚੇ ਜਿਹੜੇ ਹੈਗੇ ਆ ਐਸੀ ਸਮਾਜ ਦੇ ਆ, ਤੁਸੀਂ ਸਾਰੇ ਹੀ ਜਾਣਦੇ ਆ ਕਿ ਪੂਰੇ ਭਾਰਤ ਦੇ ਵਿੱਚ ਜਿਹੜਾ ਭਾਰਤੀ ਸੰਵਿਧਾਨ 1950 ਦੇ ਵਿੱਚ ਲਾਗੂ ਕੀਤਾ ਗਿਆ ਸੀ, ਬਾਬਾ ਸਾਹਿਬ ਅੰਬੇਡਕਰ ਨੇ ਜੋ ਲਿਖਿਆ ਸੀ 2 ਸਾਲ 11 ਮਹੀਨੇ 18 ਦਿਨ ਲਗਾ ਕੇ, ਉਸ ਸੰਵਿਧਾਨ ਨੂੰ ਨਾ ਹੀ 70 ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਪੜਿਆ, ਨਾ ਹੀ ਉਸ ਸੰਵਿਧਾਨ ਦੇ ਅਕੋਰਡਿੰਗ ਕੋਈ ਵੀ ਸਰਕਾਰ ਚੱਲੀ, ਚਾਹੇ ਉਹ ਕਾਂਗਰਸ ਸਰਕਾਰ ਹੋਵੇ ਚਾਹੇ BJP ਹੋਵੇ। ਅੱਜ ਤੁਸੀਂ ਦੇਖ ਸਕਦੇ ਹੋ ਕੋਈ BJP ਸਰਕਾਰ ਦੇ ਜੀ ਬਹੁਤ ਸਾਰੇ ਨੁਮਾਇੰਦੇ ਇਹਨਾਂ ਦੀ ਰਹਿਨੁਮਾਈ ਕਰ ਚੁੱਕੇ ਨੇ, ਹਰ ਸਾਲ ਬੱਚੇ ਪ੍ਰੋਟੈਸਟ ਕਰਦੇ ਨੇ, ਉਹ ਵੀ ਪੇਪਰ ਜਦੋਂ ਆਉਂਦੇ ਉਦੋਂ। ਇਹ ਕਾਰਨ ਕੀ ਹੈ ਵੀ ਠੱਲ ਕਿਉਂ ਨਹੀਂ ਪੈ ਰਹੀ, ਹਰ ਵਾਰੀ ਹਰ ਕੋਈ ਲੀਡਰ ਆਉਂਦਾ ਇਹਨਾਂ ਦੀ ਹਮਾਇਤ ਕਰਦਾ, ਇਹਨਾਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ, ਅੱਜ ਤੁਸੀਂ ਕਰ ਰਹੇ? ਇਹ ਸੁਣਵਾਈ ਇਹਨਾਂ ਦੀ ਦੇਖੋ ਜਿਹੜੇ ਲੀਡਰਸ਼ਿਪ ਕਰਦੇ ਪਏ ਨੇ ਉਹਦੇ ਸਰਕਾਰਾਂ ਦੇ ਪਿੱਠੂ ਬਣੇ ਹੋਏ ਨੇ, ਪਰ ਅੱਜ ਅਸੀਂ ਆਪਣੇ ਐਸੀ ਸਮਾਜ ਦੇ ਵਿੱਚ ਵਾਲਮੀਕੀ ਟੈਗਰ ਫੋਰ ਦੇ ਮਾਧਿਅਮ ਤੋਂ, ਗੁਰੂ ਰਵਿਦਾਸ ਟੈਗਰ ਫੋਰ ਦੇ ਮਾਧਿਅਮ ਤੋਂ ਅਸੀਂ ਪਹੁੰਚੇ ਹਾਂ। ਸੋ ਬੱਚਿਆਂ ਨੇ ਜੋ ਸਾਨੂੰ ਦੱਸਿਆ ਕਿ ਇਹਨਾਂ ਦੀ ਜੋ ਇਗਜ਼ਾਮ ਚੱਲ ਰਹੇ ਆ ਉਹਨਾਂ ਦੇ ਵਿੱਚ ਇਹਨਾਂ ਨੂੰ ਬੈਠਣ ਨਹੀਂ ਦਿੱਤਾ ਜਾ ਰਿਹਾ, ਜੋ ਸੰਵਿਧਾਨ ਦੇ ਅਕੋਰਡਿੰਗ ਇਹਨਾਂ ਸਕੋਲਰਸ਼ਿਪ ਮਿਲੀ ਸੀ ਉਹ ਸਕੋਲਰਸ਼ਿਪ ਨੂੰ ਬੰਦ ਕੀਤਾ ਜਾ ਰਿਹਾ। ਹੁਣ ਪੇਪਰਾਂ ਦੇ ਐਨ ਮੌਕੇ 'ਤੇ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਫੀਸਾਂ ਜਮ੍ਹਾਂ ਕਰਾਓ। ਗਰੀਬ ਤਬਕੇ ਦੇ ਲੋਕ ਨੇ ਜਿਨ੍ਹਾਂ ਦੇ ਮਾਂ ਬਾਪ ਦਿਹਾੜੀਆਂ ਲਾ ਕੇ ਆਪਣੇ ਬੱਚਿਆਂ ਨੂੰ ਜਿਵੇਂ ਕਿਵੇਂ ਵੀ ਪੜ੍ਹਾ ਰਹੇ ਨੇ, ਪਰ ਹੁਣ ਮੌਕੇ 'ਤੇ ਸਕੂਲਾਂ ਦੇ ਪ੍ਰਿੰਸੀਪਲ, ਕਾਲਜਾਂ ਦੇ ਪ੍ਰਿੰਸੀਪਲ ਇਹਨਾਂ ਨੂੰ ਬੈਠਣ ਨਹੀਂ ਦੇ ਰਹੇ। ਇਹ ਸਾਰੀ ਆਰਐਸਐਸ ਦੀ ਸ਼ਰਾਰਤ ਆ, BJP ਸਰਕਾਰ ਦੀ ਸ਼ਰਾਰਤ ਆ। ਉਹ ਸੰਵਿਧਾਨ ਨੂੰ ਬਦਲਣ ਦੀ ਕੀ ਉਹ ਪੂਰਾ ਬਦਲ ਚੁੱਕੇ ਨੇ, ਇਹ ਸਾਨੂੰ ਸਾਫ਼ ਨਜ਼ਰ ਆ ਰਿਹਾ। ਅੱਜ ਇਹਨਾਂ ਨੇ ਸਕੋਲਰਸ਼ਿਪ, ਤੁਹਾਨੂੰ ਲੱਗਦਾ ਵੀ ਸਾਰਾ ਰੋਲ ਜਿਹੜਾ ਆ ਉਹ ਕੇਂਦਰ ਸਰਕਾਰ ਅਦਾ ਕਰ ਰਹੀ, ਸਟੇਟ ਗਵਰਨਮੈਂਟ ਦਾ ਕੋਈ ਰੋਲ ਨਹੀਂ ਉਹਦੇ ਵਿੱਚ? ਦੇਖੋ ਜੀ, ਕੇਂਦਰ ਸਰਕਾਰ ਵੀ ਮੈਂ ਕਹਿ ਸਕਦਾ ਕਿ ਆਰਐਸਐਸ ਜਿਹੜੀ ਸਾਰੀ ਸਰਕਾਰਾਂ ਨੂੰ ਚਲਾਉਣ ਵਾਲਾ ਮੋਢੇ ਇਹਨਾਂ ਦਾ ਉਹ ਆ ਮੋਹਨ ਭਾਗਵਤ, ਉਹਦੇ ਕਹਿਣ 'ਤੇ ਇਹ ਸਾਰੀ ਸਰਕਾਰਾਂ ਚੱਲਦੀਆਂ ਪਈਆਂ ਨੇ। ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਆ, ਭਾਰਤ ਸੰਵਿਧਾਨ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਭਾਰਤ ਦੇ ਵਿੱਚ ਨਹੀਂ, ਪੂਰੇ ਵਰਲਡ ਦੇ ਵਿੱਚ ਇਸ ਦੇਸ਼ ਦਾ ਨਾਮ ਭਾਰਤ ਔਰ ਇੰਡੀਆ, ਇੰਡੀਆ ਕੌਨਸਟੀਟਿਊਸ਼ਨ ਜਿਹੜਾ ਬਾਬਾ ਸਾਹਿਬ ਨੇ ਨਾਂ ਰੱਖਿਆ ਇਹਨੂੰ, ਉਸ ਨਾਮ ਦੇ ਨਾਲ ਜਾਣਿਆ ਜਾਂਦਾ। ਪਰ ਕੁਛ ਜਿਹੜੇ ਹਿੰਦੂਵਾਦੀ ਲੋਕ ਨੇ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਸੰਵਿਧਾਨ ਨੂੰ ਖਤਮ ਕਰਕੇ, ਸੋ ਉਹ ਅਸੀਂ ਕਿਸੇ ਵੀ ਹਾਲਾਤਾਂ ਦੇ ਵਿੱਚ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਨਾ ਹੀ ਅਸੀਂ ਸੰਵਿਧਾਨ ਨੂੰ ਬਦਲ ਦੇਵਾਂਗੇ। ਸਾਡੀ ਮੰਗ ਇਹੀ ਆ ਕਿ ਜਿਹੜੇ ਸਕੂਲਾਂ ਦੇ ਬੱਚੇ, ਕਾਲਜਾਂ ਦੇ ਬੱਚੇ ਆ, ਇਹਨਾਂ ਦੇ ਹੁਣ ਮੌਕੇ 'ਤੇ ਪੇਪਰ ਚੱਲਦੇ ਪਏ ਨੇ, ਪਰ ਸਰਕਾਰਾਂ ਨੇ ਇਹਨਾਂ ਦੇ ਪੇਪਰਾਂ ਦੇ ਵਿੱਚੋਂ ਇਹਨਾਂ ਨੂੰ ਨਾ ਹੀ ਬੈਠਣ ਦਿੱਤਾ ਜਾ ਰਿਹਾ, ਇਹਨਾਂ ਕੋਲੋਂ ਡਬਲ ਫੀਸਾਂ ਮੰਗ ਰਹੇ ਨੇ। ਸੋ ਜਿਹੜੇ ਬੱਚੇ ਤੁਸੀਂ ਦੇਖ ਰਹੇ ਸੜਕਾਂ 'ਤੇ ਅੱਜ ਬੈਠੇ, ਇਹ ਇੰਨੇ ਜੋਗੇ ਹੈ ਨਹੀਂ ਕਿ ਆਪਣੀਆਂ ਫੀਸਾਂ ਭਰ ਸਕਦੇ। ਅਜੇ ਜੀ ਕੁਛ ਮਹੀਨੇ ਪਹਿਲਾਂ ਦੀ ਗੱਲ ਜੇ ਕਰੀਏ, 6 ਮਹੀਨੇ ਪਹਿਲਾਂ ਜਦੋਂ ਇਹਨਾਂ ਦੇ ਪਹਿਲੇ ਸਮੈਸਟਰ ਦੇ ਇਗਜ਼ਾਮਸ ਹੋਏ ਹੋਣਗੇ, ਪਹਿਲਾਂ ਵੀ ਹੋ ਚੁੱਕੇ ਨੇ, DC ਦਫ਼ਤਰ ਦੇ ਬਾਹਰ ਇਹਨਾਂ ਨੇ ਬਲਵਿੰਦਰ ਕੁਰਮਾਰ ਜਿਹੜੇ ਆ ਆਪ ਤੋਂ ਵਿਧਾਇਕ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਪ੍ਰੋਟੈਸਟ ਕੀਤਾ ਸੀਗਾ। ਪ੍ਰੋਟੈਸਟ ਤੋਂ ਬਾਅਦ ਇਹਨਾਂ ਦਾ ਕਹਿਣਾ ਸੀਗਾ ਵੀ DC ਸਾਹਿਬ ਨੇ ਕਹਿ ਦਿੱਤਾ ਵੀ ਇਹਨਾਂ ਦੇ ਜਿਹੜੇ ਰੋਲ ਨੰਬਰ ਇਹਨਾਂ ਨੂੰ ਦੇ ਦਿੱਤੇ ਜਾਣਗੇ, ਉਦੋਂ ਵੀ ਇਹ ਚੀਜ਼ ਹੋਈ ਸੀ, ਹੁਣ ਦੁਬਾਰਾ ਫਿਰ ਉਹ ਰਿਪੀਟ ਹੋ ਰਹੀ ਆ। ਅੱਜ ਫਿਰ ਤੁਸੀਂ ਪ੍ਰੋਟੈਸਟ 'ਤੇ ਬੈਠੇ, ਇਹਨਾਂ ਨੂੰ ਸ਼ਾਇਦ ਰੋਲ ਨੰਬਰ ਇਹਨਾਂ ਦੇ ਇੰਸਟੀਟਿਊਟਾਂ ਵੱਲੋਂ ਜਿਹੜੇ ਇਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤੇ ਜਾਣ, ਪਰ
ਕੀ ਲੱਗਦਾ ਕਿ ਬੱਚੇ ਬਾਰ ਬਾਰ ਸੜਕਾਂ ਜੋਗੇ ਰਹਿ ਜਾਣਗੇ? ਦੇਖੋ 6 ਮਹੀਨੇ ਪਹਿਲਾਂ ਦੀ ਪੋਜੀਸ਼ਨ ਜਿਹੜੀ ਸੀਗੀ ਅੱਜ ਵੀ ਉੱਥੇ ਉਹੀ ਪੋਜੀਸ਼ਨ ਉੱਥੇ ਪਹੁੰਚੀ ਹੋਈ ਆ, ਕੋਈ ਰੋਲ ਨੰਬਰ ਨਹੀਂ। ਔਰ ਉਲਟਾ ਇਹਨਾਂ ਨੇ ਜਿਹੜੀਆਂ ਡਿਗਰੀਆਂ ਬੱਚਿਆਂ ਨੇ ਕਾਲਜਾਂ ਪ੍ਰਾਪਤ ਕੀਤੀਆਂ ਉਹ ਵੀ ਇਹਨਾਂ ਨੂੰ ਹੈਂਡ ਓਵਰ ਨਹੀਂ ਕੀਤੀਆਂ ਗਈਆਂ, ਉਹ ਵੀ ਹੋਲਡ ਕੀਤੀਆਂ, ਇਹਨਾਂ ਦੇ ਸਰਟੀਫਿਕੇਟ ਵੀ ਹੋਲਡ ਕੀਤੇ ਪਏ ਆ। ਜਦਕਿ ਜਿਹੜੇ ਬੱਚੇ ਕਾਲਜਾਂ 'ਚ ਪੜ੍ਹ ਕੇ ਬਾਹਰ ਜਾਂਦੇ ਨੌਕਰੀਆਂ ਲੱਗਣ, ਉਹ ਨੌਕਰੀਆਂ ਦਾ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲ ਰਿਹਾ, ਨਾ ਹੀ ਐਜੂਕੇਸ਼ਨ ਦਾ ਬੈਨੀਫਿਟ ਮਿਲ ਰਿਹਾ, ਕਿਉਂਕਿ ਸਕੂਲ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਇਹਨਾਂ ਦੇ ਜਿਹੜੇ ਸਰਟੀਫਿਕੇਟ ਔਰ ਡਿਗਰੀਆਂ ਹੋਲਡ ਕੀਤੀਆਂ। ਔਰ 6 ਮਹੀਨੇ ਵਾਲੀ ਪੋਜੀਸ਼ਨ ਅੱਜ ਵੀ ਉੱਥੇ ਹੀ ਬਰਕਰਾਰ ਆ, ਚਾਹੇ ਉਹ ਕਿਸੇ ਵੀ ਪਾਰਟੀ ਨੇ ਮੁੱਦਾ ਚੁੱਕਿਆ ਹੋਵੇ, ਪਰ ਅੱਜ ਵੀ ਸੜਕਾਂ 'ਤੇ ਉਹੀ ਮੁੱਦਾ ਤੁਹਾਨੂੰ ਨਜ਼ਰ ਆ ਰਿਹਾ, ਕੋਈ ਸੁਣਵਾਈ ਨਹੀਂ ਹੋਈ ਸੋਮਵਾਰ। ਫਰਕ ਪਊਗਾ ਜਾਂ ਨਹੀਂ ਅੱਜ ਦੇ ਪ੍ਰੋਟੈਸਟ ਦਾ? ਦੇਖੋ ਜੇ ਨਾ ਫਰਕ ਪਿਆ, ਇਹਦਾ ਜਿਹੜਾ ਤਿੱਖਾ ਪ੍ਰਦਰਸ਼ਨ ਪੂਰੇ ਭਾਰਤ ਦੇ ਵਿੱਚ ਫੈਲੂਗਾ, ਕਿਉਂਕਿ ਅੱਜ ਜਲੰਧਰ ਦੇ ਵਿੱਚ ਹੀ ਹਲੇ ਇਹ ਪ੍ਰਦਰਸ਼ਨ ਚੱਲ ਰਿਹਾ, ਹੋ ਸਕਦਾ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਭਾਰਤ ਦੇ ਵਿੱਚ ਵੀ ਦੇਖਣ ਨੂੰ ਮਿਲੇ ਜੇ ਸਾਡੀ ਸੁਣਵਾਈ ਕਿਤੇ ਨਾ ਹੋਈ ਤਾਂ। ਅੱਜ ਕੀ ਤੁਹਾਡੀ ਮੰਗ ਆ ਇਹਨਾਂ ਬੱਚਿਆਂ ਨੂੰ ਲੈ ਕੇ? ਸਾਡੀ ਮੰਗ ਇਹੀ ਆ ਕਿ ਇਹਨਾਂ ਨੂੰ ਪਹਿਲੇ ਤਾਂ ਰੋਲ ਨੰਬਰ ਦੇ ਕੇ ਇਹਨਾਂ ਨੂੰ ਪੇਪਰਾਂ ਦੇ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਵੇ। ਜਿਹੜੀਆਂ ਫੀਸਾਂ ਦੀ ਗੱਲ ਆ, ਉਹ ਫੀਸਾਂ ਜਿਹੜੀਆਂ ਇਹਨਾਂ ਦੀਆਂ ਗੌਰਮੈਂਟ ਵੱਲੋਂ ਇਹਨਾਂ ਨੂੰ ਕਾਲਜਾਂ ਨੂੰ ਮਿਲੀਆਂ ਜਾਂਦੀਆਂ ਵਾ, ਉਹ ਹੁਣ ਐਨ ਮੌਕੇ 'ਤੇ ਦੱਸ ਰਹੀਆਂ ਕਿ ਸਾਨੂੰ ਗੌਰਮੈਂਟ ਵੱਲੋਂ ਪੈਸਾ ਨਹੀਂ ਮਿਲਿਆ। ਸੋ ਅਸੀਂ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ, ਜਲੰਧਰ ਦੇ ਮਾਣਯੋਗ DC ਸਾਹਿਬ ਨੂੰ, ਕਿ ਸੋਮਵਾਰ ਸਾਡੀ DC ਸਾਹਿਬ ਨੇ ਮੀਟਿੰਗ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰਿੰਸੀਪਲ ਸੈਕਟਰੀ ਚੰਡੀਗੜ੍ਹ ਦੇ ਨਾਲ ਕਰਵਾਈ ਸੀ, ਪਰ ਉਹ ਮੀਟਿੰਗ 2 ਦਿਨ ਹੋ ਚੁੱਕੇ, ਕੋਈ ਵੀ ਉੱਥੇ ਸਿੱਕਾ ਉਹਦਾ ਸਾਡੇ ਹੱਕ 'ਚ ਨਹੀਂ ਉਤਰਿਆ। ਔਰ ਅੱਜ ਇਸੇ ਕਰਕੇ ਸੜਕਾਂ ਦੇ ਬੱਚੇ ਉਤਰੇ ਆ ਜਿਨ੍ਹਾਂ ਨੇ ਸਾਨੂੰ ਵੀ ਆਪਣੇ ਨਾਲ ਖੜਨ ਵਾਸਤੇ ਸਾਨੂੰ ਪੁਕਾਰਿਆ, ਅਸੀਂ ਅੱਜ ਪਹੁੰਚੇ ਹਾਂ। ਸੋ ਇਹਨਾਂ ਦੇ ਨਾਲ ਚਾਹੇ 1 ਦਿਨ ਚਾਹੇ 20 ਦਿਨ ਲੱਗਣ, ਵਾਲਮੀਕੀ ਟਾਗਰ ਫੋਰਸ, ਗੁਰੂ ਰਵਿਦਾਸ ਟਾਗਰ ਫੋਰਸ ਅਤੇ ਪੂਰਾ ਸਮੁੱਚਾ ਸਮਾਜ ਨਾਲ ਖੜਾ ਆ, ਦਿਨ ਰਾਤ ਇੱਕ ਕਰਾਂਗੇ ਜਿੰਨੀ ਦੇਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ। ਕਾਰਨ ਕੀ ਆ ਕਿ ਜਦੋਂ ਇਗਜ਼ਾਮ ਆਉਂਦੇ ਆ ਹਰ ਵਾਰੀ ਤੁਸੀਂ ਸੜਕਾਂ 'ਤੇ ਹੁੰਦੇ ਆ, ਪਹਿਲੀ ਵਾਰ ਨਹੀਂ ਮੈਨੂੰ ਲੱਗਦਾ ਆਪਾਂ ਦੀ ਗੱਲ ਹੋਣ ਲੱਗੀ ਆ, ਪਹਿਲਾਂ ਵੀ ਇਹ ਗੱਲ ਹੋ ਚੁੱਕੀ ਹੋਈ ਹੈ, ਕੀ ਕਾਰਨ ਕੀ ਆ ਵੀ ਹਰ ਵਾਰੀ ਤੁਹਾਨੂੰ ਸੜਕਾਂ 'ਤੇ ਆਉਣਾ ਪੈਂਦਾ? ਕਾਰਨ ਇਹੀ ਆ ਜੀ, ਹਰ ਵਾਰੀ ਜਿਹੜਾ ਫੀਸਾਂ ਦੀ ਮੰਗ ਕੀਤੀ ਜਾ ਰਹੀ ਆ, ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨ 'ਤੇ ਕੋਈ ਜੂ ਨਹੀਂ ਸਰਕਾਰ। ਟੈਂਪਰੇਰੀ ਰਿਲੀਫ ਜਿਹੜੀ ਹਰ ਇੱਕ ਵਾਰੀ ਛੋਟੀ ਜਿਹੀ ਦੇ ਦਿੱਤੀ ਜਾਂਦੀ ਆ ਕਿ ਉਸ ਸਮੇਂ ਜਿਹੜਾ ਸਾਡਾ ਧਰਨਾ ਚੁਕਾ ਲਿਆ ਜਾਵੇ ਜਾਂ ਸਾਡੇ ਸੰਘਰਸ਼ ਨੂੰ ਫੇਲ ਕਰ ਦਿੱਤਾ ਜਾਵੇ, ਪਰ ਜਿਹੜਾ ਪਰਮਾਨੈਂਟ ਹੱਲ ਕੋਈ ਅਜੇ ਤੱਕ ਨਹੀਂ ਨਿਕਲ ਰਿਹਾ। ਤੋ ਵਿਦਿਆਰਥੀਆਂ ਨੇ ਕਾਫੀ ਦਿਨ ਤੋਂ 2 ਮੀਟਿੰਗਾਂ ਵੀ ਹੋ ਗਈਆਂ ਪ੍ਰਸ਼ਾਸਨ ਨਾਲ, ਜਿਹਦੇ ਵਿੱਚ ਸੈਕਟਰੀ ਲੈਵਲ ਦੇ ਬੰਦੇ ਆਗੇ, ਚੀਫ ਸੈਕਟਰੀ, ਪ੍ਰਿੰਸੀਪਲ ਸੈਕਟਰੀ ਲੈਵਲ ਦੇ ਬੰਦੇ ਆਏ, ਉਹਨਾਂ ਨੇ ਜਦ ਕੋਈ ਵਿਦਿਆਰਥੀਆਂ ਨੂੰ ਹੱਥ ਪੱਲਾ ਨਹੀਂ ਫੜਾਇਆ। ਮੀਡੀਆ 'ਚ ਤਾਂ ਉਹਨਾਂ ਨੇ ਇਹ ਬਿਆਨ ਦੇ ਦਿੱਤੇ ਕਿ ਕਾਰਵਾਈਆਂ ਕਾਲਜਾਂ 'ਤੇ ਹੋਣਗੀਆਂ, ਸਕੀਮ ਇੰਪਲੀਮੈਂਟ ਹੋਊਗੀ। ਜਦ ਵਿਦਿਆਰਥੀਆਂ ਨੂੰ, ਦਲਿਤ ਵਿਦਿਆਰਥੀਆਂ ਨੂੰ ਕਾਲਜਾਂ ਦੇ ਬਾਹਰ ਕੱਢ ਦਿੱਤਾ ਗਿਆ, ਜਦੋਂ ਉਹਨਾਂ ਨੂੰ ਕਿਹਾ ਟੈਂਟ ਸਾਂਝ ਉਠਾਇਆ ਗਿਆ ਕਿ ਦਲਿਤ ਵਿਦਿਆਰਥੀਆਂ ਨੂੰ ਇੱਥੇ ਪੜ੍ਹ ਨਹੀਂ ਦਿੱਤਾ ਜਾਊਗਾ, ਤਾਂ ਵਿਦਿਆਰਥੀਆਂ ਨੇ ਫਿਰ ਸੜਕ 'ਤੇ ਬਹਿਣ ਦਾ ਫੈਸਲਾ ਲਿਆ। ਅਸੀਂ ਵਿਦਿਆਰਥੀ ਅੰਦੋਲਨਕਾਰੀ ਹੋਣ ਦੇ ਨਾਤੇ, ਵਿਦਿਆਰਥੀਆਂ ਦੇ ਨੁਮਾਇੰਦੇ ਹੋਣ ਦੇ ਕਰਕੇ ਅਸੀਂ ਵੀ ਇਹ ਫੈਸਲਾ ਲੈਂਦੇ, ਜਦ ਤੱਕ ਵਿਦਿਆਰਥੀ ਕਹਿਣਗੇ ਅਸੀਂ BMC ਚੌਂਕ ਜਲੰਧਰ ਦੇ ਵਿੱਚ ਬੈਠੇ ਰਹਾਂਗੇ, ਔਰ ਬਾਕੀ ਸਾਥੀਆਂ ਨੂੰ ਮੈਸੇਜ ਲਾ ਕੇ ਹੋਰ ਇੱਥੇ ਵਿਦਿਆਰਥੀ ਸਰ। ਰਾਜੇ, ਪਿੱਛੇ ਜੇ ਵੀ ਤੁਸੀਂ HMV ਕਾਲਜ ਦੇ ਬਾਹਰ ਦਿਨ ਰਾਤ ਪ੍ਰੋਟੈਸਟ ਕੀਤਾ ਸੀ, ਉਹਦੇ 'ਤੇ ਕੋਈ ਇੰਪਲੀਮੈਂਟ ਹੋਇਆ, ਉਹਦਾ ਕੋਈ ਹੱਲ ਨਿਕਲਿਆ? ਉਸ ਵੇਲੇ ਵਿਦਿਆਰਥੀਆਂ ਨੂੰ ਰੋਲ ਨੰਬਰ ਦੇ ਦਿੱਤੇ ਗਏ ਸੀ, ਹਾਲਾਂਕਿ ਹੁਣ ਨਵਾਂ ਸਮੈਸਟਰ ਆ ਗਿਆ ਆ, ਇਸ ਕਰਕੇ ਫਿਰ ਉਹੀ ਸਮੱਸਿਆ ਜਿਹੜੀ ਜਸ ਦੀ ਤਸ ਖੜੀ ਆ। ਹੁਣ ਵਿਦਿਆਰਥੀ ਜਿਹੜਾ ਚੁੱਪ ਨਹੀਂ ਰਹੂਗਾ, ਪੰਜਾਬ ਪੱਧਰ ਤੱਕ, ਪੰਜਾਬ ਪੱਧਰ 'ਤੇ ਇਹ ਪ੍ਰੋਬਲਮ ਆ ਰਹੀ ਆ। ਗੱਲ ਕੀ ਹੈ, ਜਦੋਂ ਵੀ ਇਗਜ਼ਾਮ ਹੁੰਦੇ ਆ, ਇਗਜ਼ਾਮ ਤੋਂ ਪਹਿਲਾਂ ਵੀ ਇਹਨਾਂ ਨੂੰ ਅਲਰਟ ਕੀਤਾ ਜਾ ਸਕਦਾ ਫੀਸਾਂ ਦੇ ਲਈ ਜਾਂ ਕਿਸੇ ਹੋਰ ਲਈ, ਐਨ ਮੌਕੇ 'ਤੇ ਹੀ ਕਿਉਂ ਮਤਲਬ ਬਰਡਨ ਪਾਇਆ ਜਾਂਦਾ ਵੀ ਫੀਸਾਂ 2 ਅਤੇ ਰੋਲ ਨੰਬਰ ਤਾਂ ਮਿਲਣਗੇ? ਕਿਉਂਕਿ ਇਹ ਜਿਹੜੀਆਂ ਮੈਨੇਜਮੈਂਟਾਂ ਆ, ਇਹ ਸੋ ਕਾਲਡ ਜਿਹੜੀਆਂ ਮਨੂਵਾਦੀ, ਇਹ ਪ੍ਰਸ਼ਾਸਨ ਹੈਗਾ, ਮਨੂਵਾਦੀ ਐਡਮਿਨਿਸਟ੍ਰੇਸ਼ਨਾਂ ਜਿਹੜੀਆਂ ਕਾਲਜ ਦੀਆਂ ਹੈਗੀਆਂ ਆ, ਇਹ ਨਹੀਂ ਚਾਹੁੰਦੇ ਕਿ ਦਲਿਤ ਵਿਦਿਆਰਥੀ ਬੱਚੇ ਪਾਸ ਹੋ ਕੇ ਕਿਸੇ ਅਹੁਦਿਆਂ 'ਤੇ। ਦਲਿਤ ਵਿਦਿਆਰਥੀ ਬੱਚੇ ਅਟੈਂਡੈਂਸ ਪੂਰੀ ਹੁੰਦੀ ਉਹਨਾਂ ਦੀ? ਕਿਉਂਕਿ ਕਈ ਕਾਲਜਾਂ ਦਾ ਕਹਿਣਾ ਵੀ ਹੈ ਨਾ ਕਿ ਬੱਚੇ ਜਿਹੜੇ ਪ੍ਰੋਪਰ ਕਾਲਜ ਦੇ ਵਿੱਚ ਆਉਂਦੇ ਨਹੀਂ। ਦਲਿਤ ਵਿਦਿਆਰਥੀਆਂ ਦੀ ਅਟੈਂਡੈਂਸ ਤਾਂ ਪੂਰੀ ਹੁੰਦੀ ਆ, ਪਰੰਤੂ ਜਦੋਂ ਵਿਦਿਆਰਥੀਆਂ ਨੂੰ ਇੱਦਾਂ ਧਰਨੇ ਲਾਉਣ 'ਤੇ ਮਜਬੂਰ ਕੀਤਾ ਜਾਂਦਾ, ਜਦੋਂ ਆਪ ਹੀ ਕਹਿ ਦਿੱਤਾ ਜਾਵੇ ਕਿ ਕਲਾਸਾਂ 'ਚੋਂ ਬਾਹਰ ਜਾਓ ਤਾਂ ਉਹਨਾਂ ਦੀ ਅਟੈਂਡੈਂਸ ਕਿੱਦਾਂ ਪੂਰੀ ਹੋਊਗੀ? ਪਰ ਮੈਂ ਇਹ ਚਾਹੁੰਦਾ, ਇਹ ਮੈਂ ਸ਼ੋਰ ਕਰਦਾ ਕਿ ਜਿੰਨੇ ਵੀ ਵਿਦਿਆਰਥੀ ਧਰਨੇ ਦੇ ਬੈਠੇ, ਸਾਰੇ ਅਟੈਂਡੈਂਸ ਲਾਉਣ ਵਾਲੇ ਆਪਣੀ ਪੜ੍ਹਾਈ ਲਈ ਸੰਘਰਸ਼ ਕਰ ਰਹੇ ਆ ਜੀ। ਪਰ ਜੇ ਗੱਲ ਕਰੀਏ, ਬਹੁਤ ਸਾਰੇ ਨੁਮਾਇੰਦੇ ਪਹਿਲਾਂ ਵੀ ਤੁਹਾਡੇ ਨਾਲ ਬੜੇ ਅਰਸੇ ਤੋਂ ਜੁੜੇ ਹੋਏ ਆ, ਬੜੀ ਤੁਹਾਡੀ ਰਹਿਨੁਮਾਈ ਕਰਦੇ ਆ, ਹਰ ਜਗ੍ਹਾ 'ਤੇ ਤੁਹਾਡੀ ਗੱਲ ਰੱਖਦੇ ਆ, ਪਰ ਉਦੋਂ ਨਹੀਂ ਕੋਈ ਅਸਰ ਹੋਇਆ। ਕੀ ਲੱਗਦਾ ਕਿ ਹੁਣ ਇਸ ਪ੍ਰੋਟੈਸਟ ਤੋਂ ਬਾਅਦ ਕੋਈ ਇੰਪਲੀਮੈਂਟ ਹੋਏਗਾ ਜਾਂ ਤੁਹਾਡੀ ਸੁਣਵਾਈ ਜਿਹੜੀ ਹੋ ਜਾਏਗੀ? ਮੈਨੂੰ ਤਾਂ ਲੱਗਦਾ ਆ ਵੀ ਜੇਕਰ ਹੋ ਸਕਦਾ ਵੀ ਸਾਡੀ ਸਰਕਾਰ ਤੱਕ ਉੱਤੇ ਡਿਮਾਂਡ ਪਹੁੰਚੇ ਜਾਂ DC ਸਾਹਿਬ ਜਾਂ ਹੋਰ ਆਪਣੇ ਪ੍ਰਸ਼ਾਸਨ ਦੇ ਕੰਨ ਖੁੱਲ੍ਹਣ, ਤਾਂ ਸਾਡੀ ਮੰਗਾਂ ਦਾ ਜਿਹੜਾ ਕੋਈ ਹੱਲ ਹੋਵੇ। ਅਗਰ ਨਹੀਂ ਹੁੰਦਾ ਤਾਂ ਅਸੀਂ ਵਿਦਿਆਰਥੀ ਅੰਦੋਲਨ ਹੋਣਕਾਰੀ ਹੋਣ ਦੇ ਨਾਤੇ, ਵਿਦਿਆਰਥੀ ਨੇਤਾ ਹੋਣ ਦੇ ਨਾਤੇ ਇੱਥੇ ਬੈਠੇ ਰਹਾਂਗੇ, ਔਰ ਦਿਨ ਰਾਤ ਵਿਦਿਆਰਥੀਆਂ ਲਈ ਸੰਘਰਸ਼ ਦੇਣ ਲਈ ਔਰ ਆਪਣੀ ਜਾਨ ਤੱਕ ਦੇਣ ਲਈ ਤਿਆਰ ਹਾਂ।
ਅਗਲੀ ਰਣਨੀਤੀ ਕੀ ਹੋਊਗੀ ਜੇ ਅੱਜ ਦੇ ਪ੍ਰੋਟੈਸਟ ਤੋਂ ਬਾਅਦ ਵੀ ਇਹਨਾਂ ਨੂੰ ਜਿਹੜੇ ਰੋਲ ਨੰਬਰ ਆ ਜਿਹੜੇ ਨਹੀਂ ਦਿੱਤੇ ਜਾਂਦੇ ਜਾਂ ਫਿਰ ਕੋਈ ਹੁਣ ਪੱਕਾ ਹੱਲ ਕੱਢਿਆ ਜਾਊਗਾ? ਹਰ ਵਾਰੀ ਤਾਂ ਇਹੀ ਕਿਹਾ ਜਾਂਦਾ ਵੀ ਰੋਲ ਨੰਬਰ ਭਾਈ ਦੇ ਦਿੰਦੇ, ਉਸ ਤੋਂ ਬਾਅਦ ਦੇਖਦੇ ਹਾਂ। ਰੋਲ ਨੰਬਰ ਵੀ ਦੇ ਦਿੱਤੇ ਜਾਂਦੇ ਬੱਚਿਆਂ ਨੂੰ, ਬੱਚਿਆਂ ਦੇ ਇਗਜ਼ਾਮ ਵੀ ਦਵਾ ਦਿੱਤੇ ਜਾਂਦੇ ਆ, ਪਰ ਡੀ ਐਮ ਸੀਆਂ ਵੀ ਅਜੇ ਤੱਕ ਬੱਚਿਆਂ ਦੀਆਂ ਕਾਲਜ 'ਚ ਪਈਆਂ, ਇਹਦਾ ਕੀ ਤੁਸੀਂ ਪੂਰਾ ਕਰੋਗੇ? ਮੈਂ ਸਾਂਝ ਟੀ ਵੀ ਦੇ ਮਾਧਿਅਮ ਤੋਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਹੁਣ ਜਿਹੜੀਆਂ ਸਮੱਸਿਆ ਹੈਗੀਆਂ ਉਹਦਾ ਹੱਲ ਲੈ ਕੇ ਹੀ ਉੱਠਾਂਗੇ, ਕਿਉਂਕਿ ਹੁਣ ਅਸੀਂ ਬਹੁਤ ਅੱਕ ਕੇ ਥੱਕ ਕੇ ਬੈਠੇ ਹਾਂ। ਅਸੀਂ ਕੋਈ ਬਿਨਾਂ ਗੱਲੋਂ ਨਹੀਂ ਬੈਠੇ, ਅਸੀਂ ਅੱਕ ਔਰ ਥੱਕ ਕੇ ਬੈਠੇ ਹਾਂ। ਹੁਣ ਇਹਨਾਂ ਸਮੱਸਿਆਵਾਂ ਜਿਹੜੀਆਂ ਵਿਦਿਆਰਥੀਆਂ ਦੇ ਡੀ ਐਮ ਸੀ ਰੋਕੇ ਆ, ਬੱਚਿਆਂ ਨੂੰ ਤੰਗ ਕੀਤਾ ਆ, ਇਹ ਹੁਣ ਅਸੀਂ ਜਿਹੜਾ ਕੱਟੀ ਕੱਟਾ ਕੱਢ ਕੇ ਹੀ ਉੱਠਾਂਗੇ। ਪਰ ਬਹੁਤ ਸਾਰੇ ਲੀਡਰ ਆਉਣਗੇ ਤੁਹਾਡੇ ਕੋਲ, ਆਸ਼ਵਾਸਨ ਦਵਾ ਕੇ ਜਾਣਗੇ ਤੁਹਾਨੂੰ ਵੀ ਨਹੀਂ ਤੁਹਾਡਾ ਕੰਮ ਜਿਹੜਾ ਹੋ ਜਾਏਗਾ ਜਾਂ ਤੁਹਾਡੀਆਂ ਫੀਸਾਂ ਮਾਫ਼ ਹੋ ਜਾਣਗੀਆਂ, ਉਹਦਾ ਕੀ ਆ ਵੀ ਤੁਹਾਨੂੰ ਸਿਰਫ ਉਹ ਆ ਕੇ ਥੋੜ੍ਹਾ ਉਲਝਾ ਜਾਣਗੇ ਜਾਂ ਤੁਸੀਂ ਉੱਠ ਜੂਗੇ ਜਾਂ ਤੁਹਾਡਾ ਪੂਰਾ ਨਿਰਣੇ ਰਹੇਗਾ ਵੀ ਜਿਹੜੇ ਇਨਸਾਫ਼ ਹੈ ਉਹ ਲੈਣਾ ਹੀ ਲੈਣਾ? ਅਨੁਸ਼ਾਸਨਮਈ ਤਰੀਕੇ ਨਾਲ ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਸੰਵਿਧਾਨਕ ਤਰੀਕੇ ਨਾਲ ਕਰ ਰਹੇ ਹਾਂ। ਬਾਬਾ ਸਾਹਿਬ ਨੇ ਕਿਹਾ ਸੀ ਵੀ ਜਦੋਂ ਸਾਡੀਆਂ ਗੱਲਾਂ ਨਹੀਂ ਸੁਣੀਆਂ ਗਈਆਂ, ਕਿਉਂਕਿ ਪਹਿਲਾਂ ਵੀ ਪ੍ਰਿੰਸੀਪਲ ਸੈਕਟਰੀ ਲੈਵਲ ਦੇ ਬੰਦੇ ਮੈਂ ਤੁਹਾਨੂੰ ਦੱਸਿਆ ਆ ਚੁੱਕੇ ਆ, ਉਹਨਾਂ ਨੇ ਵੀ ਜਦ ਕੋਈ ਮੀਟਿੰਗ ਦਾ ਹੱਲ ਨਹੀਂ ਕੱਢਿਆ, ਮੀਟਿੰਗਾਂ ਹੋਈਆਂ ਵਿਦਿਆਰਥੀਆਂ ਦੀਆਂ ਹੋਈਆਂ, ਸਾਰੇ ਵਿਦਿਆਰਥੀ ਮੀਟਿੰਗਾਂ 'ਚ ਸੀਗੇ, ਸਿਰਫ ਦਲਾਸੇ ਦਿੱਤੇ ਗਏ। ਹੁਣ ਦਲਾਸਿਆਂ ਨਾਲ ਨਹੀਂ ਉੱਠਾਂਗੇ, ਕੋਈ ਲਿਖਤੀ ਜੇ ਕੋਈ ਸਾਨੂੰ ਹੋਊਗਾ, ਅਨਛੋਟੀ ਹੋਊਗੀ, ਵਿਦਿਆਰਥੀਆਂ ਦਾ ਜਿਹੜਾ ਆ ਕੰਮ ਹੋਏਗਾ ਤਾਂ ਫਿਰ ਵਿਦਿਆਰਥੀ ਜਿਹੜਾ ਉੱਠਣ ਨੂੰ ਤਿਆਰ ਆ, ਨਹੀਂ ਤਾਂ ਵਿਦਿਆਰਥੀ ਇਸੇ ਤਰ੍ਹਾਂ ਦਿਨ ਰਾਤ ਬੈਠੇ। ਫੈਸਲਾ ਤੁਹਾਡਾ ਹੋਏਗਾ ਜਾਂ ਫਿਰ ਕੋਈ ਲੀਡਰ ਆਏਗਾ ਜਾਂ ਕੋਈ ਵੀ ਨੁਮਾਇੰਦਾ ਇਹੋ ਜਿਹਾ ਆਏਗਾ ਸਰਕਾਰਾਂ ਦਾ ਆ ਕੇ ਤੁਹਾਨੂੰ ਕਹੇਗਾ ਤਾਂ ਤੁਸੀਂ ਉੱਠ ਜੂਗੇ? ਨਹੀਂ ਨਹੀਂ, ਅਸੀਂ ਸਾਡੀ ਪਹਿਲੀ ਮੰਗ ਇਹ ਆ, ਜੋ ਸਾਡੀ ਕਮੇਟੀ ਦੀ ਮੀਟਿੰਗ ਹੋਈ ਆ, ਸਮਾਜਿਕ ਜਥੇਬੰਦੀਆਂ ਦਾ ਸਹਿਯੋਗ ਮਿਲ ਰਿਹਾ, ਅਸੀਂ ਇੱਕ ਕਮੇਟੀ ਦਾ ਨਿਰਮਾਣ ਕਰਨ ਜਾ ਰਹੇ ਹਾਂ, ਉਸ ਕਮੇਟੀ ਨੂੰ ਬਣਾ ਕੇ ਜੋ ਫੈਸਲਾ ਉਹ ਕਮੇਟੀ ਲਵੇਗੀ ਅਸੀਂ ਉਸ ਤਰ੍ਹਾਂ ਆਪਣੀ ਰੂਖਰੇਪਾ ਤਿਆਰ ਕਰਾਂਗੇ। ਕੀ ਕਾਰਨ ਹੈ ਕਿ ਹਰ ਵਾਰ ਇਗਜ਼ਾਮ ਦੇ ਮੌਕੇ 'ਤੇ ਬੱਚਿਆਂ ਨੂੰ ਰੋਲ ਨੰਬਰ ਪ੍ਰੋਵਾਈਡ ਨਹੀਂ ਹੁੰਦੇ ਅਤੇ ਹਮੇਸ਼ਾ ਜਿਹੜੀ ਪੋਸਟ ਮੈਟ੍ਰਿਕ ਸਕੋਲਰਸ਼ਿਪ ਵਾਲੇ ਬੱਚੇ ਆ ਉਹਨਾਂ ਨੂੰ ਹਮੇਸ਼ਾ ਸੜਕਾਂ 'ਤੇ ਕਿਉਂ ਆਉਣਾ ਪੈਂਦਾ ਉਹ ਵੀ ਇਗਜ਼ਾਮ ਦੇ ਲਾਗੇ? ਮੈਡਮ, ਗੱਲ ਇਹ ਆ ਕਿ ਐਸਸੀ ਸਟੂਡੈਂਟਸ ਦੇ ਨਾਲ ਕਿਤੇ ਨਾ ਕਿਤੇ ਵਿਤਕਰਾ ਸ਼ੁਰੂ ਤੋਂ ਹੀ ਕੀਤਾ ਜਾ ਰਿਹਾ ਹੈ, ਕਿਉਂਕਿ ਜਿਹੜੀ ਇਹ ਪੋਸਟ ਮੈਟ੍ਰਿਕ ਸਕੋਲਰਸ਼ਿਪ 1998 ਦੀ ਹੈ ਅਤੇ 1998 ਤੋਂ ਅੱਜ ਤੱਕ ਦੇਖ ਲਓ 20 ਸਾਲ ਹੋ ਚੁੱਕੇ ਆ ਅਤੇ ਇਹਨੂੰ ਪ੍ਰੋਪਰ ਸਰਕਾਰ ਲਾਗੂ ਨਹੀਂ ਕਰ ਸਕੀ। ਪੰਜਾਬ ਸਰਕਾਰ ਇਹਦੀਆਂ ਜਿਹੜੀਆਂ ਵਜ਼ੀਫੇ ਆ ਗਰੰਟਾਂ ਇਹ ਕਾਲਜਾਂ ਨੂੰ ਭੇਜ ਨਹੀਂ ਰਹੀ ਆ ਅਤੇ ਕਾਲਜਾਂ ਵੱਲੋਂ ਵਿਦਿਆਰਥੀਆਂ ਨੂੰ ਇਸ ਤਰੀਕੇ ਨਾਲ ਜਲੀਲ ਵੀ ਕੀਤਾ ਜਾਂਦਾ ਅਤੇ ਉਹਨਾਂ ਨੂੰ ਮਤਲਬ ਇਸ ਤਰੀਕੇ ਨਾਲ ਦਰਸਾਇਆ ਵੀ ਜਾਂਦਾ ਤੁਸੀਂ ਕਿ ਨੀਚੀ ਜਾਤ ਦੇ ਹੋ। ਇਹਦੇ ਨਾਲ ਨਾਲ ਉਹਨਾਂ ਨੂੰ ਪਰੇਸ਼ਾਨ ਮਾਨਸਿਕ ਇਹੋ ਜਿਹੇ ਕੇਸਿਸ ਕਿੰਨੇ ਕੁ ਆਏ, ਕਿਉਂਕਿ ਤੁਸੀਂ ਕਿਹਾ ਕਿ ਅਸੀਂ ਯੂਨੀਅਨ ਤੋਂ ਹਾਂ, ਕਿੰਨੇ ਕੁ ਇਹੋ ਜਿਹੇ ਕੇਸਿਸ ਆਏ ਤੁਹਾਡੇ ਕੋਲ ਕਿ ਜਿੱਥੇ ਟੀਚਰਸ ਵੱਲੋਂ ਭੱਦੀ ਸ਼ਬਦਾਵਲੀ ਬੱਚਿਆਂ ਨਾਲ ਬੋਲੀ ਗਈ ਹੋਵੇ ਜਾਂ ਬੱਚਿਆਂ ਨਾਲ ਮਿਸਬਿਹੇਵੀਅਰ ਕੀਤਾ ਹੋਵੇ? ਅੱਜ ਜਿਹੜੇ ਅਸੀਂ ਧਰਨੇ 'ਚ ਬੈਠੇ ਹਾਂ ਜ਼ਿਆਦਾਤਰ ਐਚ ਐਮ ਵੀ ਦੇ ਸਟੂਡੈਂਟ ਇੱਥੇ ਆਏ ਆ, ਉਹਨਾਂ ਨੇ ਗੱਲਬਾਤ ਕੀਤੀ ਸੀ ਕਿ ਐਚ ਐਮ ਵੀ ਦੇ ਜਿਹੜੇ ਪ੍ਰਿੰਸੀਪਲ ਹੈ ਉਹ ਵਿਦਿਆਰਥੀਆਂ ਨਾਲ ਗਲਤ ਪਹਿਰਾਵੇ ਦੇ ਨਾਲ ਕਹਿੰਦੇ ਆ ਕਿ ਤੁਸੀਂ ਤੁਹਾਡੇ ਕੋਲ ਫੋਨ ਹੈਗੇ ਆ, ਤੁਸੀਂ ਪਹਿਰਾਵਾ ਚੰਗਾ ਪਾ ਸਕਦੇ ਹੋ ਪਰ ਤੁਸੀਂ ਫੀਸ ਨਹੀਂ ਦੇ ਸਕਦੇ ਹੋ। ਮਤਲਬ ਇਸ ਤਰੀਕੇ ਨਾਲ ਇੱਕ ਟੋਰਚਰ, ਇਸ ਤਰੀਕੇ ਨਾਲ ਕਾਸਟ ਬੇਸ 'ਤੇ ਗੱਲਾਂ ਕੀਤੀਆਂ ਜਾ ਰਹੀਆਂ ਵਾ, ਤੋ ਇਹ ਜਿਹੜੀਆਂ ਅਸੀਂ ਉਹਦੀ ਨਿੰਦਾ ਕਰਦੇ ਹਾਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਵੀ ਇੱਦਾਂ ਦੇ ਨਹੀਂ ਕਰਨੇ ਚਾਹੀਦੇ ਅਤੇ ਅੱਜ ਅਸੀਂ ਇਸ ਧਰਨੇ ਦੇ ਸਪੋਰਟ 'ਤੇ ਆਏ ਹਾਂ। ਮੈਂ ਜ਼ਿਲ੍ਹਾ ਪ੍ਰਧਾਨ ਵਰਜੀਤ ਕੌਰ, ਅਸੀਂ ਇੱਥੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸਪੋਰਟ ਕਰਦੇ ਹਾਂ ਇਸ ਚੀਜ਼ ਦੀ, ਕਿਉਂਕਿ ਅਸੀਂ ਵੀ ਲਾਲਪੁਰ ਖਾਲਸਾ ਕਾਲਜ ਤੋਂ ਆਏ ਹਾਂ। ਜਦੋਂ ਸਾਡੇ ਕਾਲਜ ਗੱਲ ਕਰੀਏ ਕਿ ਤੁਸੀਂ ਪ੍ਰਧਾਨ ਆ ਰਾਈਟ, ਪਰ ਜੇ ਉੱਦਾਂ ਗੱਲ ਕਰੀਏ ਕਿ ਬਹੁਤ ਅਰਸੇ ਤੋਂ ਪ੍ਰੋਟੈਸਟ ਚੱਲ ਰਿਹਾ, ਹਰ ਵਾਰੀ ਪ੍ਰੋਟੈਸਟ ਹੁੰਦਾ ਫਿਰ ਰੋਲ ਨੰਬਰ ਵੀ ਮਿਲ ਜਾਂਦੇ, ਬੱਚੇ ਇਗਜ਼ਾਮ ਵੀ ਦੇ ਲੈਂਦੇ, ਪਰ ਇਹਦਾ ਪੱਕਾ ਹੱਲ ਕੀ ਹੈ? ਪੱਕਾ ਹੱਲ ਜੀ ਇਹ ਆ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਆ ਉਸਨੇ ਆਪਣੇ ਜਿਹੜੇ ਸ਼ੇਅਰ ਆ ਜਿਹੜਾ ਬਜਟ ਆ ਸਿੱਖਿਆ ਵਾਸਤੇ ਰੱਖੀਦਾ ਉਹਦੇ ਵਿੱਚ 90% ਅੱਗੇ ਉਹ ਦਿੰਦੀ ਹੁੰਦੀ ਸੀ ਅਤੇ 10% ਜਿਹੜੀ ਸੂਬਾ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ, ਪਰ ਐਤਕੀ ਜਿਹੜਾ ਸ਼ੇਅਰ ਦੇ ਵਿੱਚ ਜਿਹੜੀ ਪ੍ਰੋਬਲਮ ਆਈ ਹੈ ਕਿ ਜਿਹੜੇ 60% ਹੁਣ ਕੇਂਦਰ ਸਰਕਾਰ ਦਊਗੀ, 40% ਜਿਹੜੀ ਸੂਬਾ ਸਰਕਾਰ ਜਿਹੜੀ ਉਹ ਆਪਣੇ ਪੈਰ ਪਿੱਛੇ ਮੋੜ ਰਹੀ ਆ ਜਿਹੜਾ 40% ਦੇਣ ਤੋਂ, ਅਤੇ ਕੇਂਦਰ ਸਰਕਾਰ ਵੱਲੋਂ ਵੀ ਸਿੱਖਿਆ ਦਾ ਬਜਟ 3% ਤੋਂ ਵੀ ਘੱਟ ਕੇ 2% ਤੱਕ ਰੱਖਿਆ ਜਾ ਰਿਹਾ। ਤੋ ਇਸ ਤਰੀਕੇ ਨਾਲ ਇੱਕ ਵਿਆਪਕ ਪੱਧਰ 'ਤੇ ਦੇਸ਼ ਦੇ ਮਤਲਬ ਪੂਰੇ ਵਿਆਪਕ ਪੱਧਰ 'ਤੇ ਇਹ ਗੱਲ ਆ ਰਹੀ ਆ ਕਿ ਸਿੱਖਿਆ ਦੇ ਵਾਸਤੇ ਬਹੁਤ ਘੱਟ ਬਜਟ ਰੱਖਿਆ ਜਾ ਰਿਹਾ। ਇਹਦਾ ਪ੍ਰੋਪਰ ਹੱਲ ਜੀ ਇਹੀ ਹੋ ਸਕਦਾ ਕਿ ਜੇ ਸਰਕਾਰਾਂ ਆਪਣੇ ਕਰਤੱਵ ਪ੍ਰਤੀ ਜੇ ਉਸ ਪ੍ਰਤੀ ਅਵੇਅਰ ਹੋਣ ਕਿ ਜਿਹੜੇ ਵਜ਼ੀਫੇ ਆ ਇਹਨਾਂ ਦੇ ਬੱਚਿਆਂ ਦੇ ਜਿਹੜੇ ਖਾਤਿਆਂ ਵਿੱਚ ਨਾ ਭੇਜ ਕੇ ਸਿਰਫ ਕਾਲਜਾਂ ਤੱਕ ਹੀ ਭੇਜੇ ਜਾਣ ਤਾਂ ਕਿ ਵਿਦਿਆਰਥੀ ਜਿਹੜੇ ਆਪਣੇ ਫ੍ਰੀ ਆਫ ਕੋਸਟ ਪੜ੍ਹ ਸਕਣ, ਉਹਨਾਂ ਨੂੰ ਕੋਈ ਪਰੇਸ਼ਾਨੀ ਨਾ। ਲੱਗਦਾ ਨਹੀਂ ਵੀ ਬੱਚੇ ਅੱਜ ਪ੍ਰੋਟੈਸਟ 'ਤੇ ਬੈਠੇ ਇਗਜ਼ਾਮ ਲੱਗ ਗਏ ਆ ਅਤੇ ਇਹਨਾਂ 'ਤੇ ਅਸਰ ਪਏਗਾ ਉਸ ਚੀਜ਼ ਦਾ? ਹਾਂਜੀ, ਅਸੀਂ ਤਾਂ ਹੀ ਇੱਥੇ ਇਕੱਠੇ ਹੋਏ ਹਾਂ ਕਿ ਪ੍ਰਿੰਸੀਪਲ ਨੂੰ ਜਾਂ ਕਾਲਜਾਂ ਨੂੰ ਜਾਂ ਪੰਜਾਬ ਸਰਕਾਰ ਤੱਕ ਆਵਾਜ਼ ਆਪਣੀ ਪਹੁੰਚਾਉਣ ਦੇ ਵਾਸਤੇ
कि विद्यार्थियों नाल जो धक्का हो रहा वा जो इस तरीके नाल कीता जा रहा वा बदसलूकी की जा रही है ज मानसिक तौर पर परेशान किया जा रहा वा जिस तरीके नाल असीं देखिए तो सर जिहड़ा साडा देश आ पूरे आर्थिक मदवाड़े विचों गुजर रहा वा तो आर्थिक जिहड़ा मदवाड़ा है सारे पूरे देश दे विच छाया होया जिहदा करके जिहड़ा आम व्यक्ति आ उहदी जिहड़ी दिहाड़ी भी 250 रुपए तो घट आ ते सरकार कॉलेजों वालों 1.5 लाख रुपया जिहड़ा स्टडी का मंगया जाता वा तो विद्यार्थी जिहड़े एससी स्टूडेंट आ जेकर उन्हां नूं पोस्ट मैरिट स्कॉलरशिप का सहूलत ही ना मिलेगी फिर इस तरीके दीआं जिहड़ीआं स्कीमां बनाउण दा कोई फायदा नहीं गा तो सरकार नूं असीं इत्थे जगाउण आए हाँ अज इत्थे जाम तां लगाया धरना प्रदर्शन कर रहे हैं कि बहुत सारे प्रोटेस्ट पहलां भी होए ने इहो जिहे प्रोटेस्ट पहलां भी हो चुके ने डीसी दफ्तर के बाहर भी बहुत सारे प्रोटेस्ट हो चुके ने बहुत सारे लीडर तुहाडी हमायत भी कर चुके ने उदों नहीं हल निकलिया लगता कि इस प्रोटेस्ट तो बाद कोई हल निकलिया देखो जी जिदा आप देखिया भी देश पद्धर से इस तरीके का माहौल हैगा जामिया के जिदा विद्यार्थियों ने जा अलीगढ़ मुस्लिम यूनीवर्सिटी के एक रोह प्रदर्शन किया गया ना कि फीसा के मसले पर किया गया पूरे एक राजनीतिक जिहड़ा NPR ते NRC ते CA ते किया गया जिस तरीके का बदलाव हैगा विद्यार्थी अपनी मंग उठा रहे हैं तो एक बदलाव की जिहड़ी वह मंग कर रहे हैं कि सानू सिर्फ सहूलत तक सीमित ना रखो एजुकेशन चैरिटी दे बेस होंदी आ इहनूं हल नहीं निकलता अगली रणनीति की रही जेकर हल नहीं निकलेगा तो फिर असी अगे तिखा संघर्ष इदू तक लैके जावांगे चंडीगढ़ जां उस तक पहुँच करांगे जो भी कॉल आ हर बार आउंदे तुहाडे कोल लीडर्स आउंदे ने बहुत सारियां सरकारां दे नुमाइंदे आउंदे ने आके तुहानूं आश्वासन दे दिंदे ने कि तुहानूं आ चीज़ां जिहड़ियां प्रोवाइड करवा दित्तियां जाणगियां बच्चों नूं रोल नंबर भी मिल जांदा रोल नंबर मिलन तो बाद बच्चे एग्जाम 'च भी बैठ जांदे कि उहदा कदी कोई हल निकलदा जे इस वारी फिर दुबारा आणगे तुहाडे कोल कि तुसीं अपना प्रोटेस्ट जिहड़ा ओह खत्म कर दिओगे धरना चक दिओगे जां इसे तरह जारी रहेगा जिन्नी देर तक हक नहीं मिलता देखो जी हक मंगण दे नाल ही सानू मिलदी आ जां आप एक गल हैगी आ वी हम खो के लेंगे जां छीन के लेंगे अपना हक तो उही गल आ कि जे हक जिहड़ा अपना खो के ही लैणा पैंदा वा बिन मंगिया नहीं मिलदा इहनूं इस तरीके नाल आपां कह दईए जे प्रोपर जिहड़ा इहदा हल मिलेगा तो सिस्टम दे विच जो गड़बड़ी आ उह तो सिस्टम नूं जी बदल पर एक सवाल मेरा तुहाडे नाल निजी इह सवाल आ वी हर वार स्टूडेंट यूनियन नूं ही उदो याद आता जो एग्जाम लागे आते हैं उस तो पहला क्यों नहीं अलर्ट रेंदे भी फीसा का मसला जो हूँ भी पै सकता देखो जी असी पंजाब स्टूडेंट यूनियन वालों तो मीटिंगा करी दियां वा असी खालसा कॉलेज दे विच पढ़दे हां तो असी जिस तरीके नाल गल भी होई सी प्रिंसीपल सकत्तर आए सी परसों उन्होंने DC ऑफिस गलबात होई सी तो साडे प्रिंसीपल समरा साहब उन्होंने भी कहा सी वी साडे बच्चे जिहड़े कोऑपरेट कर लेंदे असी इस तरीके नाल रखी दी आ वी जे सरकारां पंजाब सरकारां नहीं दे रहीआं कॉलेजां नूं फीस तो असी कम से कम अपना ये रखी दा कि यूनिवर्सिटी फीस जरूर दे दईए ता कि सानू ना परेशानी आवे ना ही कॉलेज नूं इस तरीके नाल अपनी असी यूनिवर्सिटी फीस देण दी कोशिश करी दी आ ते कि जिहड़ा कॉलेज दा प्रबंध भी चल सके तो असी जिथे पढ़दे हां उत्थे भी साडा सुखाला माहौल बणिआ रहे पर जिहड़ा HMV वाला मसला हैगा इहदे विच विद्यार्थियों ने 7-7 हज़ार रुपया जां 10-10 हज़ार रुपया पहले ही जमा करा चुके आ तो इहनां दी मंग इही आ कि जिहड़े 10 हज़ार दे विचों साडी जिहड़ी प्रोपर साल दी फीस बणनी आ यूनिवर्सिटी फीस उही दित्ती जावे तां करके इत्थे कीता जा रिहा पर प्रिंसीपल वलों कोई अपना असर नहीं दिखाया जा रिहा उह सिर्फ अपनी जिद ते अड़े आ कि जे प्रिंसीपल बच्चे पैसे देणगे तां ही मैं यूनिवर्सिटी जिम्मेवार कौन आ ਇਹ ਜ਼ਿੰਮੇਵਾਰ ਜੀ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਸਰਕਾਰਾਂ ਜ਼ਿੰਮੇਵਾਰ ਆ ਇਸ ਗੱਲ 'ਤੇ ਕਿਉਂਕਿ ਸਰਕਾਰਾਂ ਨੇ ਪਹਿਲਾਂ ਇਹ ਰੱਖਿਆ ਕਿ ਕਾਲਜ 'ਤੇ ਬਲੇਮ ਕਰਦੇ ਸੀ ਕਾਲਜ 'ਤੇ ਕਲੇਮ ਕੀਤਾ ਜਾਂਦਾ ਸੀ ਅਤੇ ਕਾਲਜ ਨੂੰ ਸਾਰਾ ਬਜਟ ਭੇਜਿਆ ਜਾਂਦਾ ਸੀ ਪਰ ਹੁਣ ਉਹਨਾਂ ਨੇ ਵਿਦਿਆਰਥੀਆਂ ਦੇ ਖਾਤੇ 'ਤੇ ਕਰ ਦਿੱਤਾ ਕਿ ਵਿਦਿਆਰਥੀਆਂ ਦੇ ਬੈਂਕ ਖਾਤੇ ਦੇ ਵਿੱਚ ਪੈਸੇ ਆਉਣਗੇ ਪਰ ਹੁਣ ਬੈਂਕ ਖਾਤੇ ਦੇ ਵਿੱਚ ਤਾਂ ਪੈਸੇ ਆਉਂਦੇ ਨਹੀਂ ਗੇ ਤੋ ਜਿਹਦਾ ਕਰਕੇ ਵਿਦਿਆਰਥੀ ਕਿੱਥੋਂ ਪੈਸੇ ਦੇ ਦੇਣ ਤੋ ਉੱਥੇ ਮੁੜ ਘੋੜ ਕੇ ਉੱਥੇ ਹੀ ਆ ਜਾਂਦੀ ਗੱਲਬਾਤ ਕਿ ਗਰੰਟਾਂ ਨਹੀਂ ਮਿਲ ਰਹੀਆਂ ਕਾਲਜ ਵੀ ਕਿਤੇ ਨਾ ਕਿਤੇ ਪਰੇਸ਼ਾਨ ਆ ਇਸੇ ਤਰੀਕੇ ਨਾਲ ਸਟੂਡੈਂਟ ਵਾਧੇ ਉਹਦੇ ਵਿੱਚ ਲਤਾੜਿਆ ਜਾ ਰਿਹਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸੋ ਦੇਖਣ ਵਾਲੀ ਗੱਲ ਇਹ ਹੈ ਵੀ ਹਰ ਵਾਰ ਐਗਜ਼ਾਮ ਆਉਂਦੇ ਐਗਜ਼ਾਮ ਦੇ ਲਾਗੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲੇ ਸਟੂਡੈਂਟਸ ਨੂੰ ਜਿਹੜਾ ਉਹ ਸੜਕਾਂ 'ਤੇ ਨਿਤਰਨਾ ਪੈਂਦਾ ਸੜਕਾਂ 'ਤੇ ਉਤਰਨਾ ਪੈਂਦਾ ਉਤਰਨ ਤੋਂ ਬਾਅਦ ਹੀ ਜਿਹੜੇ ਸਟੂਡੈਂਟ ਆਪਣਾ ਹੱਕ ਲੈਂਦੇ ਨੇ ਸੋ ਬਹੁਤ ਸਾਰੇ ਲੀਡਰ ਬਹੁਤ ਸਾਰੇ ਲੋਕ ਆ ਕੇ ਉਹਨਾਂ ਦੀ ਹਮਾਇਤ ਕਰਦੇ ਨੇ ਹਮਾਇਤ ਕਰਨ ਤੋਂ ਬਾਅਦ ਉਹਨਾਂ ਨੂੰ ਆਸ਼ਵਾਸਨ ਦਵਾਇਆ ਜਾਂਦਾ ਹੈ ਕਿ ਤੁਹਾਨੂੰ ਰੋਲ ਨੰਬਰ ਮਿਲ ਜਾਣਗੇ ਤੁਸੀਂ ਐਗਜ਼ਾਮ ਦੇ ਸਕਦੇ ਪਰ ਹਜੇ ਵੀ ਇਤਰਾਜ਼ਗੀ ਜਿਹੜੀ ਬਹੁਤ ਵੱਡੀ ਉਹੀ ਰਹਿ ਜਾਂਦੀ ਆ ਵੀ ਬੱਚਿਆਂ ਦੀਆਂ DMC ਉਹਨਾਂ ਦੇ ਕਾਲਜ ਦੇ ਵਿੱਚ
ਵਿੱਚ ਪਈਆਂ ਨੇ ਸ਼ਾਇਦ ਸ਼ਿੰਗਾਰ ਬਣ ਕੇ ਰਹਿ ਜਾਣਗੀਆਂ ਜਾਂ ਇਹਨਾਂ ਨੂੰ ਮਿਲਣਗੀਆਂ ਉਹ ਕੁਝ ਦੱਸ ਨਹੀਂ ਸਕਦੇ ਸੋ ਇੱਥੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਉੱਚ ਅਧਿਕਾਰੀ ਉਹ ਵੀ ਪਹੁੰਚ ਚੁੱਕੇ ਨੇ ਐਸਪੀ ਬਲਕਾਰ ਸਿੱਧੂ ਸੁੱਡਰ ਵਿੱਚ ਮੈਮ ਸ਼ੇਤਰਾ ਜੀ ਇੱਥੇ ਸਾਰੇ ਪਹੁੰਚ ਚੁੱਕੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਵੀ ਕੋਈ ਇਸ ਚੀਜ਼ ਦੀ ਅਣਗਹਿਲੀ ਨਹੀਂ ਕੀਤੀ ਜਾ ਰਹੀ ਇੱਥੇ ਪੁਖਤਾ ਅਰੇਂਜਮੈਂਟਸ ਜਿਹੜੇ ਉਹ ਕੀਤੇ ਜਾ ਰਹੇ ਨੇ ਸੋ ਜਲੰਧਰ ਦੇ BMC ਚੌਂਕ ਦੇ ਵਿੱਚ ਜਿਹੜਾ ਸਟੂਡੈਂਟਸ ਵੱਲੋਂ ਆ ਪ੍ਰੋਟੈਸਟ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਅਤੇ ਉਹਨਾਂ ਦੇ ਜਿਹੜੇ ਨੁਮਾਇੰਦੀ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਨੇ ਵੀ ਇਹ ਗੱਲ ਆਖ ਦਿੱਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿੱਖਾ ਸੰਘਰਸ਼ ਜਿਹੜਾ ਉਹ ਕੀਤਾ ਜਾਏਗਾ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਜਾਂ ਸਾਡੇ ਜਿਹੜੀਆਂ ਵੀ ਸਹੂਲਤਾਂ ਸਾਨੂੰ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਸੀ ਜੇ ਸਰਕਾਰ ਵੱਲੋਂ ਪ੍ਰੋਵਾਈਡ ਸਮੇਂ 'ਤੇ ਨਹੀਂ ਕਰਵਾਈਆਂ ਜਾਂਦੀਆਂ ਸਰ ਬੜੇ ਅਰਸੇ ਹੋ ਗਏ ਆ ਬੜੇ ਅਰਸੇ ਤੋਂ ਹਰ ਵਾਰ ਜਦੋਂ ਇਗਜ਼ਾਮ ਆਉਂਦੇ ਬੱਚਿਆਂ ਨੂੰ ਉਦੋਂ ਹੀ ਸੜਕਾਂ 'ਤੇ ਆਉਣਾ ਪੈਂਦਾ ਸਪੈਸ਼ਲੀ ਪੋਸਟ ਮੈਟ੍ਰਿਕ ਸਕੀਮ ਵਾਲੇ ਬੱਚਿਆਂ ਨੂੰ ਇਹ ਕਾਰਨ ਕੀ ਦਾ ਪੁਖਤਾ ਹੱਲ ਕਿਉਂ ਨਹੀਂ ਨਿਕਲਦਾ ਮੈਂ ਸਭ ਤੋਂ ਪਹਿਲਾਂ ਤਾਂ ਸਾਂਝ TV ਦਾ ਬੜਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਵਿਦਿਆਰਥੀ ਵਰਗ ਦੀਆਂ ਮੰਗਾਂ ਨੂੰ ਹਮੇਸ਼ਾ ਪਹਿਲ ਦੇ ਆਧਾਰ 'ਤੇ ਉਠਾਇਆ ਅੱਜ ਅਸੀਂ ਬੜੇ ਅਫਸੋਸ ਦੇ ਨਾਲ ਇਹ ਗੱਲ ਕਹਿਣ ਵਾਸਤੇ ਇੱਥੇ ਆਏ ਹਾਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਿਹੜੀ ਤੁਸੀਂ ਗੱਲ ਕਹੀ ਆ ਕਿ ਹਰੇਕ ਸਾਲ ਪ੍ਰੋਬਲਮ ਆਉਂਦੀ ਆ ਦੇਖੋ ਬੜੀ ਧਰਨੇ ਪ੍ਰਦਰਸ਼ਨ ਕਾਫੀ ਦਿਨਾਂ ਤੋਂ ਜਲੰਧਰ ਦੇ ਅੰਦਰ ਹੋਏ ਔਰ ਦੋ ਦਿਨ ਪਹਿਲਾਂ ਜਿਹੜੇ ਸੀਗੇ ਉਹ ਪ੍ਰਿੰਸੀਪਲ ਸੈਕਟਰੀ ਪੰਜਾਬ ਸਰਕਾਰ ਇੱਥੇ ਆਏ ਡੈਪਟੀ ਕਮਿਸ਼ਨਰ ਸਾਹਿਬ ਦੀ ਹਾਜ਼ਰੀ ਦੇ ਅੰਦਰ ਮੀਟਿੰਗ ਹੋਈ ਸਾਰਾ ਐਡਮਿਨਿਸਟ੍ਰੇਸ਼ਨ ਉੱਥੇ ਸੀ ਸਾਰਾ ਸਟੂਡੈਂਟ ਇੱਥੇ ਸੀ ਔਰ ਸਾਰੇ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਔਰ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਮੌਜੂਦ ਸੀ ਉਸ ਮੀਟਿੰਗ ਦੇ ਅੰਦਰ ਪ੍ਰਿੰਸੀਪਲ ਸੈਕਟਰੀ ਇਹ ਅਨਾਊਂਸ ਕਰਕੇ ਗਏ ਸੀ ਕਿ ਕਿਸੇ ਵੀ ਵਿਦਿਆਰਥੀ ਨੂੰ ਰੋਲ ਨੰਬਰ ਦੇ ਲਈ ਕਿਸੇ ਵੀ ਵਿਦਿਆਰਥੀ ਦੀ ਨਵੀਂ ਰਜਿਸਟ੍ਰੇਸ਼ਨ ਦੇ ਲਈ ਔਰ ਕਿਸੇ ਵੀ ਵਿਦਿਆਰਥੀ ਦੇ ਜਿਹੜੇ ਸਰਟੀਫਿਕੇਟਸ ਯੂਨੀਵਰਸਿਟੀ ਔਰ ਕਾਲਜਸ ਨੇ ਰੱਖੇ ਆ ਉਹ ਨਹੀਂ ਰੱਖ ਸਕਦੇ ਔਰ ਉਹ ਐਲਾਨ ਕਰਕੇ ਚਲੇ ਗਏ ਔਰ ਕੱਲ੍ਹ ਵਿਦਿਆਰਥੀਆਂ ਦੇ ਪੇਪਰ ਸੀ ਸਵੇਰੇ 8 ਵਜੇ ਅਸੀਂ ਸਿਟੀ ਕਾਲਜ ਹੰਸਰਾਜ ਮਹਿਲਾ ਕਾਲਜ ਔਰ ਡਿਪਸ ਕਾਲਜ ਦੂਸਰੇ ਕਾਲਜਾਂ ਦੇ ਅੰਦਰ ਆਪ ਜਾ ਕੇ ਵਿਦਿਆਰਥੀ ਵਰਗ ਦੇ ਕੱਲ੍ਹ ਜਿਹੜੇ ਰੋਲ ਨੰਬਰ ਇਸ਼ੂ ਕਰਵਾ ਕੇ ਔਰ ਉਹਨਾਂ ਨੂੰ ਐਗਜ਼ਾਮ ਦੇ ਅੰਦਰ ਬਿਠਾਇਆ ਔਰ ਅੱਜ ਬੱਚੇ ਜਿਹੜੇ ਨਵੇਂ ਰਜਿਸਟ੍ਰੇਸ਼ਨ ਵਾਸਤੇ ਜਾ ਰਹੇ ਆ ਉਹਨਾਂ ਨੂੰ ਰਜਿਸਟ੍ਰੇਸ਼ਨ ਨਹੀਂ ਦਿੱਤੀ ਜਾ ਰਹੀ ਦੱਸੋ ਕਿਉਂ ਮਖੌਲ ਲੜਾਇਆ ਜਾ ਰਿਹਾ ਮੈਂ ਅੱਜ ਭਰੇ ਮਨ ਦੇ ਨਾਲ ਸਾਂਝ TV ਦੇ ਮਾਧਿਅਮ ਤੋਂ ਕਹਿਣਾ ਚਾਹੁੰਦਾ ਕਿ ਅਸੀਂ ਬਹੁਤ ਦੁਖੀ ਹਿਰਦੇ ਦੇ ਨਾਲ ਅੱਜ ਇੱਥੇ ਆਏ ਹਾਂ ਕਿ ਸਾਡੇ ਸਮਾਜ ਦਾ ਸਾਡੇ ਲੋਕਾਂ ਦਾ ਸਾਡੇ ਵਿਦਿਆਰਥੀ ਵਰਗ ਦਾ ਜਲੂਸ ਕੱਢਿਆ ਜਾ ਰਿਹਾ ਸਰਕਾਰ ਵੱਲੋਂ ਮੈਂ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੀ ਘੋਰ ਨਿੰਦਾ ਕਰਦਾ ਜਦ ਕੇਂਦਰ ਸਰਕਾਰ ਦੇ ਕੋਲ ਸਟੇਟ ਸਰਕਾਰ ਦੇ ਕੋਲ ਪੈਸਾ ਹੀ ਨਹੀਂ ਹੈ ਤਾਂ ਉਹ ਸਾਡੇ ਐਡਮਿਸ਼ਨ ਹੀ ਬੰਦ ਕਰ ਦੇਣ ਤਾਂ ਕਿ ਸਾਨੂੰ ਪਤਾ ਹੋਵੇ ਕਿ ਅਸੀਂ ਪੈਸੇ ਦੇਣੇ ਆ ਅਤੇ ਪੜ੍ਹਨਾ ਆ ਜਦ ਸਾਨੂੰ ਸਰਕਾਰ ਦੇ ਮੁਤਾਬਕ ਜਾਲਾ ਸਾਡਾ ਵਿਦਿਆਰਥੀਆਂ ਦਾ ਸਿੱਖਿਆ ਜਿਹੜਾ ਇਹ ਮੌਲਿਕ ਅਧਿਕਾਰ ਹੈ ਜੇ ਸਾਨੂੰ ਮੌਲਿਕ ਅਧਿਕਾਰ ਤੋਂ ਵੀ ਵਾਂਝਿਆ ਕੀਤਾ ਜਾ ਰਿਹਾ ਤੁਸੀਂ ਦੇਖੋ ਮੈਂ ਸਾਂਝ TV ਦੇ ਮਾਧਿਅਮ ਤੋਂ ਕਹਿਣਾ ਚਾਹੁੰਦਾ ਕਿ ਕਿਸ ਤਰ੍ਹਾਂ ਸਾਡੀਆਂ ਬੱਚੀਆਂ ਜਿਨ੍ਹਾਂ ਨੇ ਸਾਡੇ ਦੇਸ਼ ਦਾ ਪੰਜਾਬ ਦਾ ਭਵਿੱਖ ਬਣਨਾ ਜਿਨ੍ਹਾਂ ਨੇ ਜੱਜ ਇੰਜੀਨੀਅਰ ਵਕੀਲ ਡਾਕਟਰ ਬਣਨਾ ਸਾਡੀ ਕੌਮ ਦੇ ਨਾਲ ਕਿੱਡਾ ਵੱਡਾ ਧੋਖਾ ਹੋ ਰਿਹਾ ਕਿ ਸਾਡੇ ਵਿਦਿਆਰਥੀ ਵਰਗ ਨੂੰ ਜਿਹੜਾ ਉਹ ਐਡਮਿਸ਼ਨ ਤੋਂ ਵੀ ਵਾਂਝਿਆ ਕੀਤਾ ਜਾ ਰਿਹਾ ਔਰ ਲਗਭਗ 15-16 ਦੇ ਮੁਕਾਬਲੇ 19-20 ਸੈਸ਼ਨ ਦੇ ਅੰਦਰ ਲਗਭਗ 2.5 ਲੱਖ ਵਿਦਿਆਰਥੀ ਜਿਹੜੇ ਆ ਉਹ ਪੜ੍ਹਾਈ ਛੱਡ ਚੁੱਕੇ ਆ ਸੋ ਮੈਂ ਅੱਜ ਬਹੁਤ ਹੀ ਦੁਖੀ ਹਿਰਦੇ ਨਾਲ ਬੜੇ ਅਫਸੋਸ ਦੇ ਨਾਲ ਅਸੀਂ ਵਿਦਿਆਰਥੀ ਵਰਗ ਦੀ ਹਮਾਇਤ ਵਾਸਤੇ ਆਏ ਹਾਂ ਹੁਣ ਲੜਾਈ ਜਿਹੜੀ ਆਰ ਪਾਰ ਦੀ ਹੋਏਗੀ ਜੋ ਮਰਜ਼ੀ ਪ੍ਰਸ਼ਾਸਨ ਕਰ ਲੈ ਕੀ ਲੱਗਦਾ ਕਿਉਂਕਿ ਬੜੇ ਅਰਸੇ ਤੋਂ ਇਸੇ ਤਰੀਕੇ ਨਾਲ ਜਿਹੜੀ ਪੰਜਾਬ ਯੂਨੀਅਨ ਗੱਲ ਕਰ ਰਹੀ ਸੀ ਉਹਨਾਂ ਨੇ ਵੀ ਆਖੀ ਵੀ ਸਾਨੂੰ ਵੀ ਬੜਾ ਟਾਈਮ ਹੋ ਗਿਆ ਚੀਜ਼ ਕਰਦੇ ਹਾਂ ਉਦੋਂ ਨਹੀਂ ਕੋਈ ਹੱਲ ਨਿਕਲਿਆ ਕੀ ਲੱਗਦਾ ਬਹੁਤ ਲੀਡਰ ਉਦੋਂ ਵੀ ਆਏ ਸੀਗੇ ਸਾਡੀ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਸੀ ਅੱਜ ਤੋਂ ਥੋੜ੍ਹੇ ਮਹੀਨਿਆਂ ਦੀ ਗੱਲ ਕਰੀਏ DC ਦਫ਼ਤਰ ਦੇ ਬਾਹਰ ਜਿਹੜਾ ਇੱਕ ਪ੍ਰੋਟੈਸਟ ਕੀਤਾ ਗਿਆ ਸੀਗਾ ਵਿਧਾਇਕ ਵੱਲੋਂ ਅਤੇ ਉਦੋਂ ਵੀ ਇਹ ਗੱਲ ਆਖੀ ਗਈ ਸੀ ਵੀ DC ਸਾਹਿਬ ਨੇ ਕਹਿ ਦਿੱਤਾ ਆ ਵੀ ਹੁਣ ਉਹਨਾਂ ਨੂੰ ਰੋਲ ਨੰਬਰ ਮਿਲ ਜਾਣਗੇ ਰੋਲ ਨੰਬਰ ਇਹਨਾਂ ਨੂੰ ਅੱਜ ਵੀ ਮਿਲ ਜਾਣਗੇ ਤੁਹਾਡੇ ਸ਼ਾਇਦ ਪ੍ਰੋਟੈਸਟ ਤੋਂ ਬਾਅਦ ਪਰ ਕੀ ਲੱਗਦਾ ਕਿ ਇਹਦਾ ਪੱਕਾ ਹੱਲ ਹਜੇ ਨਿਕਲਿਆ ਮੈਂ ਤੁਹਾਨੂੰ ਇਸੇ ਕਰਕੇ ਕਿਹਾ ਕਿ ਭਰੇ ਮਨ ਨਾਲ ਕਹਿ ਰਿਹਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਵਿਦਿਆਰਥੀ ਜਿਹੜੇ ਆ ਉਹ ਰੋਜ਼ ਸੜਕਾਂ ਦੇ ਉੱਤੇ ਬੈਠਣ ਅਸੀਂ ਅੰਦੋਲਨ ਲੜਾਂਗੇ ਡਟ ਕੇ ਅੰਦੋਲਨ ਲੜਾਂਗੇ ਮੈਂ ਸਾਂਝ TV ਦੇ ਮਾਧਿਅਮ ਤੋਂ ਕਹਿਣਾ ਚਾਹੁੰਦਾ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਅੰਦਰ ਦੇਖੋਗੇ ਇਹ ਹਰੇਕ ਸਾਲ ਦਾ ਅਸੀਂ ਜਿਹੜਾ ਇਹ ਝਗੜਾ ਆ ਇਹਨੂੰ ਹੁਣ ਮੁਕਾ ਕੇ ਹਟਣਾ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਨਹੀਂ ਹੋਣ ਦੇਣਾ ਕਰੋ ਅਤੇ ਮਰੋ ਦੀ ਲੜਾਈ ਲੜਾਂਗੇ ਕੀ ਥੋੜ੍ਹੀ ਦੇਰ ਵੇਟ ਕਰੂੰਗੇ ਇੰਤਜ਼ਾਰ ਕਰੂੰਗੇ ਕਿ ਬੱਚੇ ਇਗਜ਼ਾਮ ਦੇ ਲੈਣ ਕਿਉਂਕਿ ਇਗਜ਼ਾਮ ਦਾ ਟਾਈਮ ਵੀ ਨਹੀਂ ਜਿਹੜੇ ਵਿਦਿਆਰਥੀ ਇਹ ਅੰਦੋਲਨ ਹੁਣ ਲੋਕ ਲੜਨਗੇ ਵਿਦਿਆਰਥੀਆਂ ਦਾ ਅੰਦੋਲਨ ਲੋਕਾਂ ਨੂੰ ਲੜਨਾ ਚਾਹੀਦਾ
चाहिए ता कि बच्चे कॉलेजों के अंदर जान वो पढ़न जिहड़ी उन्हां दी डिमांड आ समाज के लोगों को मैं अज्ज दे मौके ते कहना चाहना कि दसो इत्थे ना कोई बीजेपी का आ रहा ना कोई कांग्रेस का आ रहा सानू बड़ा दुख है कि विद्यार्थियों के नाल विद्यार्थियों की लड़ाई हुण जथेबंदियों नूं लड़नी चाहिए पार्टी पद्धर तो राजनीतिक पद्धर तो उपर उठ के लड़नी चाहिए असीं लड़ाई लड़ांगे विद्यार्थियों नूं सड़कां दे उत्ते खज्जल नहीं बच्चों के नाल गलबात कर रहे थे बच्चों का कहना सी वी साडे पहरावे ते साडे फोनां ते टिप्पणियां कीतियां जांदियां पर जे देखिया जावे कपड़ा रोटी मकान टेलीफोन भी जिहड़ा साडा मोबाइल है वो साडी एक निजी जिंदगी का हिस्सा बन चुका है क्योंकि उहदी जरूरत है फिर ये टिप्पणियां बच्चों ते सिर्फ पोस्ट मैट्रिक बच्चों ते ही क्यों मैं ये भी गल बहुत अफसोस ना कह रहा कि असी इस चीज़ की कंप्लेंट जी है एच एम बी कॉलेज की प्रिंसीपल की कंप्लेंट विद्यार्थियों के थ्रू मानयोग पुलिस कमिश्नर साहब नूं दित्ती सी पर हाले तक उहदी कोई कार्रवाई नहीं हुई असी यह भी मुद्दा उदन प्रिंसीपल सैकटरी के कोल डिप्टी कमिश्नर के कोल उठाया मैं समझदा मैं इस करके ही तुहाडे चैनल के माध्यम नाल कह रहा कि असी भरे मन के नाल अपनियां बच्चियां की गल सुन नहीं सकते और जो कहिंदियां ने साडे हुण बर्दाश्त तो बाहर है साडे भी हुण सबर का प्याला जिहड़ा वह भर चुका असी बड़े दुखी हिरदे नाल आए हाँ करो तो मरो की लड़ाई लड़ांगे इन्हां ने जिहड़ी हुण लाठी गोली चलाउणी आ उह चला लैण असी मैदान दे विच खड़े हाँ बहुत बहुत शुक्रिया सर सो जिहड़ी इन्होंने गल कही है लड़ो जां मरो की लड़ाई जिहड़ी आ जंग जिहड़ी आ स्टार्ट होण वाली है क्योंकि असीं जलंधर दे बीएमसी चौंक दे विच खड़े हाँ पोस्ट मैट्रिक स्कॉलरशिप वाले जिहड़े स्टूडेंट आ अज्ज सारे प्रोटेस्ट कर रहे बड़े अरसे तो प्रोटेस्ट चलता जा रहा है सो देखना सारियां दी निगाह इस चीज़ ते ही आ कि आने वाले समय दे विच कि ये प्रोटेस्ट इसे तरह जारी रहेगा जां किते ना किते इस चीज़ का हल जिहड़ा उह निकलेगा सो साडे नाल जसी तल्लन जी खड़े उन्हां दे नाल गल करदे हाँ जी सर की कहना चाहुंदे बड़े अरसे तो इदां दे प्रोटेस्ट चल रहे प्रोटेस्ट चलन तो बाद बच्चों रोल नंबर भी मिल जाता एग्जाम से भी बैठ जाते हैं पर फिर दोबारा वही चीज़ क्यों दोहराई जाती सो बड़ी मंदभागी घटना भी जिहड़ा पोस्ट मैट्रिक स्कॉलरशिप आ सेंटर सरकार ने जिहड़ी पॉलिसी बनाई आ पर वो पॉलिसी प्रॉपर जिहड़ी आ वो पंजाब सरकार ने लागू नहीं की क्योंकि जदों उच्च अधिकारी चंडीगढ़ आ जाते हैं भी वह कहें भी जी सू पिछले सेंटर सरकार तो जो फंड आ पोस्ट मैट्रिक स्कॉलरशिप का वो नहीं मिलया पर असी जो उन्होंने गल की भी जेकर तुम फंड नहीं मिले तो तुम जो एन ओ सी आई जारी करो भी जो फंड तुम सेंटर सरकार ने दिता असी सारा जो कॉलेजों के उपर लाता पर पंजाब सरकार ने हजे तक जो एन ओ सी जी जारी नहीं दी इस तो साबित होता भी जोड़े इन्होंने मंत्री साहब आ धर्म सरोज जी जो पोस्ट मैट्रिक स्कॉलरशिप आ एस सी एस टी ओ बी सी का वो फंड जरा खा गए सो तुम सारा पता लगता भी बच्चों बार बार जरा एसिया हरेक कॉलेज में जो जलील किया जाता है पर जे गल करिए बहुत सारे प्रोटेस्ट होए बहुत सारे लीडर ने नुमाइंदगी की इस चीज़ का उदों नहीं हल निकलिया कि लगता अज के प्रोटेस्ट तो बाद कितना कितने हल थोड़ा जा निकला है सो आप तो यही चाहते हैं भी जो पक्का हल आ जाता पंजाब सरकार करे चाहे सेंटर सरकार सो स्पष्टीकरण जो जरूर देना चाहिए भी आप बार बार जो यही जो भविख्या बच्चों का इन्होंने ही आई पी एस आई एस जो पी पी एस अधिकारी बनना सो इन ये बच्चे जोड़े आ बार बार चले रोड से बैठे रहोंगे तो साढ़े जो आने वाली पीढ़ी आ शड्यूल कास्टा की कोई मैं लगता बड़ा अफसर जोड़ा नहीं बनूगा जे आप रोज़ ही प्रदर्शन ही करते रहेंगे तो कॉलेज जाके बच्चा जोड़ा घर जाके पढ़ना एजुकेशन कितों पढ़ सकूँगा सो जो सरकार जी पॉलिसी चाहिए प्रोपर लागू कर दे तो यह पॉलिसी जो टोटली बंद कर दे आप कहें जो संविधान के तौर पर काम हो जय भीम जय भारती सो देखना यह होगा कि आने वाले समय के क्योंकि अज भी सारिया की टिकटिकी यही लगी हुई है कि आने वाले समय के इसका कोई हल पुख्ता निकलता है ज इस तरह स्टूडेंट्स नू हर वार सड़कों पर आना पेगा अपने हक मंगने पैणगे सो इस मैनू कीर्ति ते कैमरामैन रवि गिल नू दो इजाजत धन्यवाद नवीं ते ताज़ा खबर सब तो पहला देखने लई साडा यूट्यूब चैनल लाइक ते सबसक्राइब करो सांझ टीवी अते नाल ही दबाओ घंटी का बटन।